ਜਿੱਥਾ ਜਾਏ ਬਈਏ ਪਲਾ ਕੇਈਏ ਨਾਨਕ ਚੁਲੀਆਂ ਸੁਚੀਆਂ ਜੇ ਭਰ ਜਾਣਾ ਕੋਏ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ब्राह्मण चुल्ली संतोष की गृहिका सत दान राजे चुली न्याव की पड़या सच त्यान पानी चित न तों पई मुख पीता तिख जाए पानी पिता है जगत का फिर पानी सब खाए जगत पिता आद गुरु ਸਾਹਬੇ ਕਮਾਲ ਸਿਰ ਸ਼ਾਹਾਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਿਨਾਂ ਨੇ ਸਾਰੰਗ ਰਾਗ ਦੇ ਵਿੱਚ ਜੀਵਨ ਨੂੰ ਸੇਧ ਦੇਣ ਦੀ ਖਾਤਰ ਡਗਿਆਂ ਤੇ ਢਟਿਆਂ ਹੋਇਆਂ ਜੀਵਨ ਨੂੰ ਉੱਚਾ ਸੁੱਚਾ ਬਖਸ਼ਿਆ ਹੋਇਆ ਜੀਵਨ ਦੇਣ ਦੀ ਖਾਤਰ ਭਗਤੀ ਦੇ ਮਾਰਗ ਤੇ ਤੋਰਨ ਦੇ ਲਈ ਆਪ ਬਾਹ ਫੜ ਕੇ ਸੁਚੇਤ ਕੀਤਾ ਜਗਤ ਨੂੰ ਆਪਣੇ ਸਾਂਝੇ ਉਪਦੇਸ਼ ਦੇ ਵਿੱਚ ਸਰਬ ਸਾਂਝੀਵਾਲਤਾ ਦੇ ਉਪਦੇਸ਼ ਬਖਸ਼ਦੇ ਆ ਸਾਧਾਰਨ ਜੀਵ ਨੂੰ ਆਮ ਇਨਸਾਨ ਨੂੰ ਜੀਵਨ ਯੋਗਤ ਸਮਝਾਉਣ ਦਾ ਯਤਨ ਕੀਤਾ ਸਤਿਗੁਰੂ ਸੇਵਾ ਲੈ ਰਹੇ ਨੇ ਕਲਗੀਧਰ ਪਾਤਸ਼ਾਹ ਦਾ ਸੋਹਣਾ 22ਵਾਂ ਬਚਨ ਤਨ ਜਵਾਨੀ ਕੁੱਲ ਜਾਤ ਦਾ ਮਾਣ ਨਹੀਂ ਕਰਨਾ ਇਸੇ ਸੰਦਰਭ ਦੇ ਵਿੱਚ ਛੇ ਪ੍ਰਕਾਰ ਦੀ ਹਾਉਮੇ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਪਹਿਲੀ ਪ੍ਰਕਾਰ ਦੀ ਹਾਉਮੇ ਹੈ ਉੱਚੀ ਕੁੱਲ ਦਾ ਮਾਣ ਕੁੱਲ ਦਾ ਜਾਤ ਦਾ ਅਪਮਾਨ ਜਿਹਨੂੰ ਅਸੀਂ ਜਾਤ ਮਦ ਆਖਨੇ ਆ ਦੂਜੇ ਪ੍ਰਕਾਰ ਦੀ ਹਾਉਮੇ ਹੈ ਰੂਪਮਦ ਆਪਣੇ ਸੋਹਣੇ ਰੂਪ ਦਾ ਸੋਹਣੀ ਕਾਇਆ ਦਾ ਅਪਮਾਨ ਜਿਸ ਅਪਮਾਨ ਵਿੱਚ ਗ੍ਰਸਤ ਹੋਇਆ ਮਨੁੱਖ ਉਸ ਪਰਿਪੂਰਨ ਪਰਮਾਤਮਾ ਦੇ ਸੁੰਦਰ ਸਰੂਪ ਨੂੰ ਭੁੱਲ ਜਾਂਦਾ ਹੈ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਤੀਜੇ ਪ੍ਰਕਾਰ ਦਾ ਮਦ ਨਸ਼ਾ ਅਹੰਕਾਰ ਮਾਇਆ ਮਦ ਜਿਹਨੂੰ ਅਸੀਂ ਤਨ ਮਦ ਵੀ ਆਖਦੇ ਨੇ ਆ ਬਹੁਤੇ ਤਨ ਦਾ ਹੰਕਾਰ ਕਰਨਾ ਚੌਥੇ ਪ੍ਰਕਾਰ ਦਾ ਹੰਕਾਰ ਹਉਮੈ ਵਿਦਿਆ ਦੀ ਹਉਮੈ ਜੇ ਕਿਤੇ ਸਤਗੁਰਾਂ ਦੀ ਬਖਸ਼ਿਸ਼ ਸਤਕਾ ਕੋਈ ਵਿਦਿਆ ਪ੍ਰਾਪਤ ਹੋ ਗਈ ਏ ਗਿਆਨ ਪ੍ਰਾਪਤ ਹੋ ਗਿਆ ਉਸ ਗਿਆਨ ਵਿੱਚ ਮਨੁੱਖ ਹੰਕਾਰੀ ਹੋ ਜਾਂਦਾ ਹੈ ਅੰਨਾ ਹੋ ਜਾਂਦਾ ਹੈ ਜਿਹਨੂੰ ਅਸੀਂ ਗਿਆਨ ਮਦ ਆਖਨੇ ਆ ਪੰਜਵੇਂ ਪ੍ਰਕਾਰ ਦਾ ਹੰਕਾਰ ਹੈ ਰਾਜ ਦਾ ਹੰਕਾਰ ਜਿਹਨੂੰ ਅਸੀਂ ਰਾਜ ਮਦ ਆਖਨੇ ਆ ਕੁਰਸੀ ਨਾਲ ਪਿਆਰ ਜਿਸ ਦੀ ਵਿਚਾਰ ਆਪ ਸਰਵਣ ਕਰ ਰਹੇ ਹੋ ਸਤ ਸੰਗਿਓ ਕੁਰਸੀ ਨੂੰ ਭਾਵੇਂ ਚਾਰ ਟੰਗਾਂ ਲਗੀਆਂ ਨੇ ਪਰ ਸੱਚ ਜਾਣੇ ਹੋ ਇਹ ਦੋ ਟੰਗਾਂ ਵਾਲੇ ਜੀਵ ਨੂੰ ਵੀ ਚਾਰ ਟੰਗਾਂ ਵਾਲਾ ਜਾਨਵਰ ਬਣਾ ਦਿੰਦੀ ਹੈ ਇਸ ਕੁਰਸੀ ਦੇ ਮੱਧ ਵਿੱਚ ਖਛਤ ਹੋਇਆ ਜੀਵ ਬੰਦੇ ਨੂੰ ਬੰਦਾ ਨਹੀਂ ਜਾਣਦਾ ਇੱਥੇ ਤੱਕ ਆਪਣਾ ਆਪਾ ਭੁੱਲ ਕੇ ਵੀ ਕਈ ਵੇਰਾਂ ਆਪਣੇ ਆਪ ਨੂੰ ਰੱਬ ਸਮਝ ਬੈੰਦਾ ਏ ਭਾਵੇਂ ਕਿਸੇ ਸ਼ਹਿਰ ਦੇ ਪੱਦਰ ਤੇ ਹੋਵੇ ਦੁਨੀਆ ਦੇ ਪੱਦਰ ਤੇ ਹੋਵੇ ਤੇ ਭਾਵੇਂ ਕਿਸੇ ਗੁਰੂਦੁਆਰੇ ਦੇ ਪੱਦਰ ਤੇ ਹੋਵੇ ਪ੍ਰਦਾਨਗੀ ਜੀਵ ਨੂੰ ਗੁਰੂ ਤੋਂ ਦੂਰ ਲੈ ਜਾਂਦੀ ਹੈ ਸਤਿਗੁਰੂ ਨੂੰ ਪੁੱਛੀਏ ਬਾਬਾ ਜੀ ਇਹ ਰਾਜਮਦ ਕੀ ਹੈ ਸਤਿਗੁਰੂ ਬੜੇ ਪ੍ਰੇਮ ਦੇ ਵਿੱਚ ਕਿਉਂਕਿ ਜਿਵੇਂ ਅਸੀਂ ਜਾਣਦੇ ਹਾਂ ਸਾਡਾ ਸਤਕਾਰਯੋਗ ਹਿੰਦੂ ਧਰਮ ਸਾਡੇ ਭਰਾ ਸਾਡੇ ਵੀਰ ਇਸ ਧਰਮ ਦੇ ਵਿੱਚ 68 ਤੀਰਥਾਂ ਦੇ ਇਸ਼ਨਾਨ ਨੂੰ ਬਹੁਤ ਜ਼ਰੂਰੀ ਮੰਨਿਆ ਗਿਆ ਹੈ 68 ਤੀਰਥਾਂ ਦੇ ਇਸ਼ਨਾਨ ਦੀ ਪ੍ਰੇਰਣਾ ਕਈ ਧਰਮ ਗ੍ਰੰਥਾ ਨੇ ਦਿੱਤੀ ਪਰ ਗੁਰੂ ਘਰ ਨੇ ਅੰਦਰ ਦੀ ਸੁਚੰਤਾ ਦੀ ਗੱਲ ਕੀਤੀ ਜੋ ਜੀਵ ਜਲ ਦੇ ਇਸ਼ਨਾਨ ਨੂੰ ਸਭ ਕੁਝ ਕਰ ਜਾਣਦੇ ਨੇ ਗੁਰੂ ਸਾਹਿਬ ਨੇ ਪਿੰਡੇ ਦੇ ਇਸ਼ਨਾਨ ਨੂੰ ਮਾੜਾ ਨਹੀਂ ਆਖਿਆ ਸੱਚ ਤੇ ਸੁੱਚ ਦਾ ਮੇਲ ਪਰ ਪਿਆਰਿਓ ਕੇਵਲ ਪਿੰਡੇ ਦਾ ਇਸ਼ਨਾਨ ਕੀਤੇਆਂ ਧਰਮ ਦੇ ਮਾਰਗ ਤੇ ਨਹੀਂ ਤੁਰਿਆ ਜਾ ਸਕਦਾ ਜਦੋਂ ਤੱਕ ਗੁਰਬਾਣੀ ਪੜ੍ਹ ਕੇ ਗੁਰਮੰਤਰ ਦਾ ਜਾਪ ਕਰਕੇ ਪ੍ਰਭੂ ਦੇ ਮਾਰਗ ਤੇ ਟੁਰਿਆ ਮਨ ਦਾ ਇਸ਼ਨਾਨ ਨਾ ਹੋਵੇ ਸਾਰੰਗ ਰਾਗ ਦੇ ਵਿੱਚ ਮੇਰੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕੇਵਲ ਸਰੀਰ ਦੀ ਸੁੱਛਤਮ ਨਹੀਂ ਸੰਜਮ ਅਤ ਜ਼ਰੂਰੀ ਹੈ ਰਾਜੇ ਦੇ ਜੀਵਨ ਦਾ ਸਭ ਤੋਂ ਵੱਡਾ ਸੰਜਮ ਕਿਹੜਾ ਨਿਆ ਧਰਗੁਰ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਕੈਸੇ ਕ੍ਰਾਂਤੀਕਾਰੀ ਪਿਤਾ ਨੇ ਜੇ ਕਿਤੇ ਸਰੀਰਿਕ ਇਸ਼ਨਾਨ ਕਰਨਾ ਹੋਵੇ ਸਤਿਗੁਰੂ ਆਖਦੇ ਨੇ ਫਿਰ ਐਵੇਂ ਕਰੀਏ ਨਾਨਕ ਚੁੱਲੀਆਂ ਸੁਚੀਆਂ ਜੇ ਪਰ ਜਾਣਾ ਕੋਈ ਜੇ ਕਿਤੇ ਇਹ ਗੱਲ ਸੋਝੀ ਪੈ ਜਾਵੇ ਸਮਝ ਆ ਜਾਵੇ ਇੱਕ ਰਾਜੇ ਦੇ ਲਈ ਨਿਆਂ ਪ੍ਰਧਾਨ ਹੈ ਜੇ ਰਾਜਾ ਨਿਆਂ ਕਰਨ ਵਾਲਾ ਹੈ ਪ੍ਰਜਾ ਦੇ ਵਿੱਚ ਸੁੱਖ ਤੇ ਰਾਜ ਵਿੱਚ ਸਦਾ ਸ਼ਾਂਤੀ ਰਹੇਗੀ ਪਰਦੇ ਰਾਜਾ ਨਿਆਂ ਕਰਨ ਵਾਲਾ ਹੋ ਜਾਵੇ ਤੇ ਫਿਰ ਗੁਰਦੇਵ ਨੇ ਬਚਨ ਕੀਤਾ ਨਾ ਰਾਜੇ ਸ਼ੀ ਮੁਕਦਮ ਕੁੱਤੇ ਜੇ ਰਾਜਾ ਨਿਆਂ ਕਰਨ ਵਾਲਾ ਨਾ ਹੋਵੇ ਤੇ ਉਸ ਦੇ ਕਰਮਚਾਰੀ ਹਲਕੇ ਕੁੱਤੇ ਬਣ ਜਾਂਦੇ ਨੇ ਜੋ ਪ੍ਰਜਾ ਨੂੰ ਵੱਡ-ਵੱਡ ਖਾਂਦੇ ਨੇ ਜੇ ਇਸ ਵਿਚਾਰ ਨੂੰ ਆਪਣੇ ਪੱਧਰ ਤੇ ਲਿਆਈਏ ਥੋੜਾ ਜਿਆ ਡੂੰਘਾਈ ਵਿੱਚ ਜਾਣ ਦਾ ਯਤਨ ਕਰੀਏ ਅੱਜ ਰਾਜਮਦ ਨੇ ਕੁਰਸੀਆਂ ਦੇ ਝਗੜੇ ਨੇ ਕੌਮ ਦੇ ਵਿੱਚ ਖੌੜੂ ਪਾ ਦਿੱਤਾ ਜਿਸ ਘਰ ਦੀ ਚਾਕਰੀ ਕਰਨੀ ਸੀ ਜਿਸ ਗੁਰੂ ਘਰ ਦਾ ਚੌਂਕੀਦਾਰ ਬਣਨਾ ਸੀ ਸੰਗਤਾਂ ਦੀ ਸੇਵਾ ਵਿੱਚ ਜੀਵਨ ਬਿਤਾਉਣਾ ਸੀ ਕਿਸੇ ਲਾਲਚ ਤੋਂ ਉੱਪਰ ਉੱਠ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਸੀ ਅੱਜ ਪ੍ਰਧਾਨਗੀ ਦੇ ਦੌਰ ਨੇ ਉਸੇ ਗੁਰੂ ਘਰ ਦਾ ਦੁਖੀ ਬਣਾ ਦਿੱਤਾ ਲਾਲਚ ਦੇ ਵਸ ਪਿਆ ਮਨੁੱਖ ਕੁਰਸੀ ਨੂੰ ਚਿਮੜਿਆ ਹੋਇਆ ਗੁਰਮਤਿ ਭਾਵੇਂ ਵਿਸਰ ਜਾਵੇ ਪਰ ਕੁਰਸੀ ਨੂੰ ਵਿਸਾਰਨਾ ਨਹੀਂ ਚਾਹੁੰਦਾ ਇਹ ਅੱਜ ਸਾਡੀ ਸੱਚਾਈ ਹੈ ਦਾਸ ਤਾਂ ਇੱਕ ਬੇਨਤੀ ਕਈ ਵਾਰਾਂ ਕਰ ਦਿਆ ਕਰਦਾ ਭਾਵੇਂ ਸਾਰੇ ਮਾੜੇ ਨਹੀਂ ਚੰਗੇ ਵੀ ਬਹੁਤ ਨੇ ਮੁਬਾਰਕ ਹੈ ਜਿਨ੍ਹਾਂ ਦੇ ਜੀਵਨ ਵਿੱਚ ਗੁਰਮਤ ਵੱਡੀ ਹੈ ਪਰ ਬਹੁਤਾਂ ਗਿਣਤੀ ਦੇ ਪੰਥ ਵਿੱਚ ਝਾਤ ਮਾਰੀ ਜਾਵੇ ਇੱਕ ਵਾਰੀ ਪ੍ਰਧਾਨ ਬਣ ਕੇ ਫੇਰ ਬੰਦਾ ਪ੍ਰਧਾਨਗੀ ਛੱਡਣੀ ਨਹੀਂ ਚਾਹੁੰਦਾ। ਭਾਵੇਂ ਸਾਥੀ ਵੈਰੀ ਹੋ ਜਾਣ, ਦੁਨੀਆ ਵੈਰੀ ਹੋ ਜਾਵੇ। ਗੁਰਮਤ ਤੋਂ ਉਲਟ ਕਦਮ ਪੁੱਟਣ ਨੂੰ ਤਿਆਰ ਹੋ ਜਾਂਦਾ ਪਰ ਪ੍ਰਧਾਨਗੀ ਨਹੀਂ ਛੱਡਦਾ। ਇਵੇਂ ਕਹਿ ਲਈਏ ਪ੍ਰਧਾਨਗੀ ਤਾਂ ਲਖਣਾ ਤੇ ਜਾ ਕੇ ਛੁੱਟਦੀ ਹੈ। ਇਹ ਸੱਚ ਹੈ। ਜਦੋਂ ਤੱਕ ਮਨੁੱਖ ਦਾ ਅੰਤਮ ਸੰਸਕਾਰ ਨਹੀਂ ਨਾ ਹੁੰਦਾ ਅਗਨ ਭੇਟ ਨਹੀਂ ਕੀਤਾ ਜਾਂਦਾ ਇਹ ਪ੍ਰਧਾਨਗੀ ਨਹੀਂ ਛੁੱਟਦੀ ਐਸੀ ਭਿਆਨਕ ਬਿਮਾਰੀ ਹੈ ਇਹ ਬਿਮਾਰੀ ਪੰਥ ਨੂੰ ਕਿੱਥੋਂ ਚਿਮੜ ਗਈ ਗੁਰੂ ਘਰ ਦੇ ਵਿੱਚ ਤਾਂ ਸੇਵਾਦਾਰ ਬਣ ਕੇ ਹਾਜ਼ਰੀ ਲਵਾਉਣੀ ਸੀ ਾਰੇ ਸੇਵਾਦਾਰ ਵਾਲੀ ਰਸਮ ਖਤਮ ਹੋ ਗਈ ਪਤਾ ਨਹੀਂ ਪ੍ਰਧਾਨਗੀ ਦੀ ਰਸਮ ਕਦੋਂ ਸਿੱਖ ਪੰਥ ਵਿੱਚ ਆਣ ਕੇਰਾ ਪਾਇਆ ਚੰਗਾ ਭਲਾ ਮਨੁੱਖ ਗੁਰਮਤਿ ਦਾ ਜਿਉ ਜੀਵਨ ਜਿਉਣ ਵਾਲਾ ਗੁਰੂ ਦਾ ਸਿੱਖ ਸੋਹਣੀ ਸੋਚ ਰੱਖਣ ਵਾਲਾ ਗੁਰੂ ਦਾ ਲਾਲ ਪ੍ਰਧਾਨ ਬਣਦਿਆਂ ਮਤ ਪਲਟ ਜਾਂਦੀ ਏ ਸਤ ਸੰਗੀਓ ਮੈਂ ਫੇਰ ਬੇਨਤੀ ਕਰਦਿਆਂ ਸਾਰੇ ਮਾੜੇ ਨਹੀਂ ਪਰ ਹਾਲਾਤ ਕੌਮ ਦੇ ਜੈਸੇ ਬਣ ਚੁੱਕੇ ਨੇ ਇਹ ਰਾਜ ਮਦ ਕੁਰਸੀ ਦਾ ਹੰਕਾਰ ਪੰਥ ਨੂੰ ਬਹੁਤ ਖੋਰੂ ਲਾ ਰਿਹਾ ਹੈ ਸਾਡਾ ਪ੍ਰਬੰਧਕ ਵਰਗ ਇਹ ਕੂੜ ਰਾਜਿਆਂ ਦੀ ਚਾਲ ਚੱਲਦਾ ਹੋਇਆ ਪੰਥ ਦੇ ਵਿਰੋਧੀ ਧਿਰਾਂ ਦੇ ਨਾਲ ਰਲ ਕੇ ਕਈ ਵੇਰਾਂ ਪੰਥ ਦੇ ਲਈ ਐਸੇ ਹਾਲਾਤ ਪੈਦਾ ਕਰ ਦਿੰਦੇ ਨੇ ਪੰਥ ਨਾਲ ਹੁਣ ਕੋਈ ਵਾਸਤਾ ਨਹੀਂ ਰਹਿੰਦਾ ਸਿੱਖੀ ਦੀ ਚੜ੍ਹਦੀ ਕਲਾ ਲਈ ਨਿਤ ਦੀ ਅਰਦਾਸ ਕਰਨ ਵਾਲੇ ਆਪਣੀਆਂ ਅੱਖਾਂ ਸਾਹਮਣੇ ਪੰਥ ਵਿਰੋਧੀ ਹੁੰਦੇ ਵੇਖੇ ਨੇ ਕੇਵਲ ਕੁਰਸੀ ਦੀ ਖਾਤਰ ਕਈ ਵੇਰਾਂ ਆਪਣੀ ਸਟੇਜ ਤੋਂ ਸੱਚ ਬੋਲਣ ਦੇ ਲਈ ਵੀ ਪ੍ਰਚਾਰਕਾਂ ਨੂੰ ਰੋਕਣ ਦਾ ਯਤਨ ਕੀਤਾ ਜਾਂਦਾ ਧੰਨ ਨੇ ਉਹ ਪ੍ਰਚਾਰਕ ਗੁਰੂ ਕੇ ਪਿਆਰੇ ਜੋ ਗੁਰੂ ਦੇ ਸਨਮੁਖ ਹੋ ਕੇ ਝੂਠ ਦਾ ਲੜ ਨਹੀਂ ਫੜਦੇ ਸੱਚ ਤੇ ਪੈਰਾ ਦਿੰਦੇ ਨੇ ਮੁਬਾਰਕ ਨੇ ਐਸੇ ਗੁਰੂ ਕੇ ਲਾਲ ਪਰਸਤ ਸੰਗੀ ਜਨੋ ਕਈ ਵੇਰਾਂ ਐਸੇ ਹਾਲਾਤ ਵੀ ਵੇਖੇ ਨੇ ਇੱਕ ਸ਼ਹਿਰ ਦੇ ਵਿੱਚ ਸਤਗੁਰਾਂ ਨੇ ਕਥਾ ਦੀ ਸੇਵਾ ਲਈ ਡਿਊਟੀ ਲਈ ਸੰਗਤ ਦੀ ਅਸੀਸ ਸਦਕਾ ਜਦੋਂ ਗੁਰੂ ਘਰ ਗਏ 2-3 ਦਿਨ ਦੀ ਹਾਜ਼ਰੀ ਭਰੀ ਸਤਿਗੁਰਾਂ ਨੇ ਆਪ ਸੀਸ ਤੇ ਹੱਥ ਰੱਖ ਕੇ ਸੇਵਾ ਲਈ ਕੁਝ ਕਚੇਰਾ ਬਾਅਦ ਫੇਰ ਦੁਬਾਰਾ ਜਦੋਂ ਸੰਗਤ ਨੇ ਯਾਦ ਕੀਤਾ ਪ੍ਰਬੰਧਕਾਂ ਦਾ ਹੁਕਮ ਮੰਨ ਕੇ ਉਸੇ ਸ਼ਹਿਰ ਵਿੱਚ ਉਸੇ ਅਸਥਾਨ ਤੇ ਦੁਬਾਰਾ ਹਾਜ਼ਰੀ ਭਰਨ ਦਾ ਸਮਾਂ ਬਣਿਆ ਪਹਿਲੇ ਸਮੇਂ ਦੇ ਪ੍ਰਧਾਨ ਸਾਹਿਬ ਨਜ਼ਰ ਨਾ ਆਏ ਤਿੰਨ ਚਾਰ ਦਿਨ ਰਹਿਣ ਦਾ ਮੌਕਾ ਮਿਲਿਆ ਕਿਸੇ ਵੀ ਦੀਵਾਨ ਵਿੱਚ ਜਦੋਂ ਨਜ਼ਰ ਨਾ ਪਈ ਸਮੇਂ ਦੇ ਪ੍ਰਬੰਧਕਾਂ ਨੂੰ ਪੁੱਛਿਆ ਫਲਾਣਾ ਸਿੰਘ ਕਿੱਥੇ ਠੀਕ ਨੇ ਨਜ਼ਰ ਨਹੀਂ ਆਏ ਉਹਨਾਂ ਕੋਲੋਂ ਫੋਨ ਨੰਬਰ ਲਿਆ ਜਦੋਂ ਗੱਲਬਾਤ ਕੀਤੀ ਦਾਸ ਨੇ ਹੱਥ ਜੋੜ ਬੇਨਤੀ ਕੀਤੀ ਭਾਈ ਸਾਹਿਬ ਬੜਾ ਪਿਆਰ ਦਰਸਾਉਂਦੇ ਸੋ ਜਦੋਂ ਪਿਛਲੀ ਵਾਰ ਸੰਗਤ ਦੇ ਦਰਸ਼ਨ ਕਰਨ ਆਇਆ ਪਰ ਹੁਣ 4 ਦਿਨਾਂ ਤੋਂ ਆਪ ਜੀ ਦੇ ਦਰਸ਼ਨ ਨਹੀਂ ਹੋਏ ਕੀ ਗੱਲ ਬਹੁਤ ਬਿਜ਼ੀ ਹੋ ਜੋ ਜਵਾਬ ਦਿੱਤਾ ਸਿਰ ਨੀਵਾ ਹੋ ਗਿਆ ਆਖਣ ਲੱਗੇ ਭਾਈ ਸਾਹਿਬ ਜੀ ਹੁਣ ਮੈਂ ਇਸ ਕਮੇਟੀ ਦਾ ਪ੍ਰਧਾਨ ਨਹੀਂ ਰਿਹਾ ਹੁਣ ਮੈਨੂੰ ਗੁਰਦੁਆਰੇ ਆਉਣ ਦੀ ਕੀ ਲੋੜ ਹੈ ਜਦੋਂ ਤੱਕ ਪ੍ਰਧਾਨ ਹੋਵੇ ਤਾਂ ਹੀ ਤੱਕ ਗੁਰਦੁਆਰੇ ਜਾਣਾ ਇਹ ਕਿਹੜੀ ਸਿੱਖੀ ਹੈ ਫੇਰ ਤਾਂ ਸੀ ਕੁਰਸੀਆਂ ਦੇ ਸਿੱਖ ਹੋਏ ਨਾ ਗੁਰੂ ਦੇ ਸਿੱਖ ਨਾ ਬਣੇ ਜੇ ਕੋਈ ਗੁਰੂ ਘਰ ਦਾ ਪ੍ਰਧਾਨ ਜਾਂ ਕਿਸੇ ਸੁਸਾਇਟੀ ਦਾ ਮੁਖ ਸੇਵਾਦਾਰ ਕੋਈ ਪ੍ਰਬੰਧਕ ਗੁਰੂ ਦੀ ਕਿਰਪਾ ਨਾਲ ਜੇ ਇਹ ਬਚਨ ਸਰਵਣ ਕਰ ਰਿਹਾ ਹੋਵੇ ਜਿਸ ਦਿਨ ਝੋਲੀ ਵਿੱਚ ਗੁਰੂ ਘਰ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਸੇਵਾ ਪਈਏ ਨਾ ਉਸੇ ਦਿਨ ਤੋਂ ਸਾਡਾ ਨਿਤਨੇਮ ਵੱਧ ਜਾਵੇ ਸਤਿਗੁਰਾਂ ਇਹ ਸੇਵਾ ਤੇ ਤੁਸੀਂ ਕਿਸੇ ਕੋਲੋਂ ਵੀ ਕਰਵਾ ਸਕਦੇ ਸੋ ਕਿਸੇ ਦੇ ਸੀਸ ਤੇ ਹੱਥ ਰੱਖ ਕੇ ਸੇਵਾ ਲੈ ਸਕਦੇ ਸੋ ਪਰ ਇਹ ਸਤਿਗੁਰੂ ਤੂੰ ਤਰਸ ਕੀਤਾ ਮੁਝ ਗਰੀਬ ਨੂੰ ਇਹ ਸੇਵਾ ਬਖਸ਼ੀ ਜੋ ਨਿਤਨੇਮ ਤੂੰ ਬਖਸ਼ਿਆ ਉਸ ਦੇ ਨਾਲ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਇਸ ਸੇਵਾ ਦੇ ਲਈ ਇਸ ਸੇਵਾ ਨੂੰ ਮੁਖ ਰੱਖ ਕੇ ਇਹ ਸੇਵਾ ਤੁਸੀਂ ਸੁੰਦਰ ਢੰਗ ਨਾਲ ਮੇਰੇ ਕੋਲ ਉਹ ਲੈ ਲੈਣਾ ਮੈਂ ਆਪਣਾ ਨਿਤਨੇਮ ਵਧਾਵਾਂਗਾ ਇਹ ਅਰਦਾਸ ਹੋਵੇ ਨਿਤਨੇਮ ਵਿੱਚ ਵਾਦੇ ਹੋਣ ਨਿਤਾ ਪ੍ਰਤੀ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਪਰ ਰਾਜਮੱਦ ਨੇ ਪੰਥ ਨੂੰ ਖੌਰੂ ਲਾ ਦਿੱਤਾ ਆਉਧਿਆਂ ਦੇ ਝਗੜਿਆਂ ਨੇ ਆਪੜਿਆਂ ਨੂੰ ਬੇਗਾਨਾ ਬਣਾ ਦਿੱਤਾ ਜਦੋਂ ਕਈ ਥਾਵਾਂ ਤੇ ਆਉਧਿਆਂ ਦੀ ਖਾਤਰ ਗੁਰੂ ਘਰ ਦੇ ਵਿੱਚ ਸਿੱਖ ਨੂੰ ਸਿੱਖ ਦਾ ਵੈਰੀ ਹੋਏ ਵੇਖੀਦਾ ਹੈ ਕਈ ਵੇਰਾਂ ਐਸੀ ਸੋਚ ਵਾਲਿਆਂ ਤੇ ਤਰਸ ਆਉਂਦਾ ਹੈ ਦਿਲ ਦੀਆਂ ਗਹਿਰਾਈਆਂ ਚੋਂ ਇੱਕੋ ਅਰਦਾਸ ਨਿਕਲਦੀ ਏ ਸਤਿਗੁਰਾਂ ਇਹਨਾਂ ਨੂੰ ਬਖਸ਼ ਲਈ ਕਿਤੇ ਤੇਰੇ ਘਰ ਦੀ ਸੇਵਾ ਨਿਮਰਤਾ ਵਿੱਚ ਕਰਨ ਦੀ ਜਾਂਚ ਆ ਜਾਵੇ ਇਹ ਔਦੇ ਪਿਆਰ ਤੋਂ ਉੱਪਰ ਉੱਠ ਕੇ ਦਿਲ ਦੀਆਂ ਗਹਿਰਾਈਆਂ ਤੋਂ ਗੁਰੂ ਘਰ ਦੇ ਆਸ਼ਿਕ ਬਣ ਜਾਣ ਸਮੇਂ ਦੀਆਂ ਸਰਕਾਰਾਂ ਨੇ ਐਸੇ ਪ੍ਰਬੰਧਕ ਜਨਾਂ ਦੀ ਢਲਡਤਾਂ ਨੂੰ ਵੇਖ ਕੇ ਸਾਡੇ ਪੰਥ ਦੇ ਮੋਢੀਆਂ ਦੀ ਢਲਡਤਾਂ ਨੂੰ ਵੇਖ ਕੇ ਪੰਥ ਦਾ ਬਹੁਤ ਕਹਾਣ ਕੀਤਾ ਇੱਕ ਗੁਰੂ ਨੂੰ ਅਸਾਂ ਆਪਣਾ ਲੀਡਰ ਬਣਾਉਣਾ ਸੀ ਗੁਰੂ ਦੀ ਬਖਸ਼ੀ ਹੋਈ ਸੇਧ ਗੁਰੂ ਦੇ ਹੁਕਮ ਅਨੁਸਾਰ ਗੁਰਮਤ ਦੇ ਮਾਰਗ ਤੇ ਤੁਰਨਾ ਸੀ ਪਰ ਅਸੀਂ ਤਾਂ ਆਪਣੀ ਚੌਦਰ ਦੀ ਖਾਤਰ ਗੁਰੂ ਤੋਂ ਬੇਮੁਖ ਹੋ ਗਏ ਕੱਚਿਆਂ ਪਿਲਿਆਂ ਦੇ ਮਗਰ ਟੁਰ ਪਏ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਜੇ ਅਸੀਂ ਇੱਕ ਨੂੰ ਸਾਹਿਬ ਮੰਨਨੇ ਆ ਆਪਣਾ ਮਾਲਕ ਆਖਨੇ ਆ ਉਹ ਗੁਰੂ ਸਮਰੱਥ ਹੈ ਸਾਰੀ ਦੁਨੀਆ ਨੂੰ ਗੁਰੂ ਮਾਰਗਦਰਸ਼ਨ ਦਿੰਦਾ ਪਰ ਸਿੱਖ ਆਪਣੇ ਗੁਰੂ ਕੋਲੋਂ ਮਾਰਗਦਰਸ਼ਨ ਲੈਣ ਨੂੰ ਤਿਆਰ ਨਹੀਂ ਤਾਂ ਹੀ ਤਾਂ ਅੱਜ ਠਗੀਆਂ ਠਗੋਰੀਆਂ ਵਿੱਚ ਖੱਚਤ ਹੋਏ ਨਿਤਾਪ੍ਰਤੀ ਬਦ ਸਲੂਕੀਆਂ ਦੇ ਅਤੇ ਨਮੋਸ਼ੀਆਂ ਦੇ ਸ਼ਿਕਾਰ ਹੋ ਰਹੇ ਆ। ਦਾਸ ਬਾਰੰਬਾਰ ਸੰਤਾਂ ਦੇ ਚਰਨਾਂ ਵਿੱਚ ਦੁਇ ਕਰ ਜੋੜ ਇੱਕ ਬੇਨਤੀ ਕਰ ਦੇਣਾ ਚਾਹੁੰਦਾ ਜੇ ਅੱਜ ਨਾ ਸੰਭਲਾਂਗੇ ਤੇ ਕਦੋਂ ਸੰਭਲਾਂਗੇ? ਕਿੰਨੀ ਕੁ ਮਾਰ ਖਾਵਾਂਗੇ ਆਪਣੇ ਆਪ ਨੂੰ ਜੀਂਦੀ ਜਾਗਦੀ ਕੌਮ ਆਖਣ ਵਾਲਿਓ ਜਾਗ ਪਓ ਉੱਠ ਪਓ ਗੁਰੂ ਦੇ ਬਚਨ ਮੰਨ ਕੇ ਜੀਵਨ ਵਿੱਚ ਟਾਲ ਕੇ ਗੁਰੂ ਦੇ ਹੁਕਮ ਅਨੁਸਾਰ ਪ੍ਰਭੂ ਦੇ ਮਾਰਗ ਤੇ ਟੁਰ ਪਓ ਇਤਿਹਾਸ ਗਵਾਏ ਰਾਜ ਮਦ ਵਿੱਚ ਖਚਤ ਹੋਏ ਕਿਸੇ ਵੀ ਜੀਵ ਨੇ ਜਦੋਂ ਗੁਰੂ ਘਰ ਵੱਲ ਟੇਢੀ ਅੱਖ ਨਾਲ ਵੇਖਿਆ ਉਸ ਦਾ ਵਿਨਾਸ਼ ਹੋ ਗਿਆ ਗੁਰੂ ਘਰ ਨਾਲ ਆਡਾ ਲਾਉਣ ਵਾਲੇ ਮੱਥਾ ਲਾਉਣ ਵਾਲੇ ਤਬਾਹ ਹੋ ਗਏ ਤਿੰਨਾਂ ਦਾ ਨਾਂ ਲੈਣ ਵਾਲਾ ਵੀ ਜਗਤ ਵਿੱਚ ਕੋਈ ਨਾ ਬਚਿਆ ਗੁਰੂ ਘਰ ਸਰਬਤ ਦਾ ਭਲਾ ਮਨਾਉਂਦਾ ਹੈ ਗੁਰੂ ਘਰ ਦੇ ਵਿੱਚ ਸਰਬ ਸਾਂਝੀ ਵਾਲਤਾ ਦੀ ਗੱਲ ਦਰਸਾਈ ਜਾਂਦੀ ਹੈ ਗੁਰੂ ਨਾਨਕ ਦਾ ਕਰ ਬਹੁਤ ਉੱਚਾ ਤੇ ਸੋਚਾ ਕਰ ਹੈ ਜਿਨ੍ਹਾਂ ਨੇ ਇਸ ਦਰ ਤੇ ਮੱਥਾ ਟੇਕਿਆ ਉਹਨਾਂ ਨੂੰ ਸਦਾ ਮਾਣ ਮਿਲਿਆ ਸਦਾ ਲਈ ਮੱਥਾ ਉੱਚਾ ਹੋਇਆ ਜਿਸ ਉਹਦੇ ਸੀਸ ਤੇ ਗੁਰੂ ਨੇ ਹੱਥ ਰੱਖਿਆ ਹੋਵੇ ਸਾਧ ਸੰਗਤ ਜੀ ਜਨਮਾਂ ਜਨਮਾਂ ਦੇ ਕੋੜ ਕੱਟੇ ਗਏ ਪਰ ਜਿਨ੍ਹਾਂ ਪਾਪੀਆਂ ਨੇ ਦੁਖੀਆਂ ਨੇ ਗੁਰੂ ਘਰ ਦੇ ਨਾਲ ਧਰੋ ਕਮਾਇਆ ਭਾਵੇਂ ਸਮੇ ਦੇ ਰਾਜੇ ਹੋਣ ਭਾਵੇਂ ਸਮੇ ਦੇ ਪ੍ਰਬੰਧਕ ਹੋਣ ਰਾਜ ਮਦ ਦੇ ਵਿੱਚ ਚੌਦਰ ਦੀ ਭੁਖ ਕਾਰਨ ਜਾ ਵੋਟਾਂ ਦੀ ਗਿਣਤੀ ਕਰਨ ਕਿਸੇ ਵੀ ਕਾਰਨ ਕਰਕੇ ਸਿੱਖਾਂ ਨਾਲ ਧਰੋਹ ਕਮਾਉਣ ਵਾਲਾ ਗੁਰੂ ਘਰ ਨਾਲ ਧੋਖਾ ਕਰਨ ਵਾਲਾ ਕਦੇ ਵੀ ਸੁਖੀ ਨਹੀਂ ਰਿਹਾ ਕਿਉਂਕਿ ਸੱਚ ਦੇ ਮਾਰਗ ਤੇ ਚੱਲਣ ਵਾਲਾ ਗੁਰੂ ਘਰ ਨੂੰ ਸਦਾ ਸੇਸ਼ ਨਿਵਾਉਣ ਵਾਲਾ ਗੁਰੂ ਦੇ ਪ੍ਰਤੀ ਪੈ ਭਾਵਨੀ ਸ਼ਰਧਾ ਰੱਖਣ ਵਾਲਾ ਜੀਵ ਇਸ ਗੱਲ ਨੂੰ ਭਲੀ ਭਾਂਤ ਜਾਣਦਾ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਉ ਸਭ ਕੁਝ ਜਾਣਲਾ ਸਭ ਕੁਝ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ ਮਨੁੱਖ ਨੇ ਤਾਂ ਕੇਵਲ ਬੇਨਤੀ ਕਰਨੀ ਹੈ ਸੀਸ ਝੁਕਾਉਣਾ ਗੁਰੂ ਘਰ ਨਾਲ ਮੱਥਾ ਲਾਉਣਾ ਨਹੀਂ ਜਿਨ੍ਹਾਂ ਪਾਪੀਆਂ ਨੇ ਹੰਕਾਰੀਆਂ ਨੇ ਦੋਖੀਆਂ ਨੇ ਗੁਰੂ ਘਰ ਨਾਲ ਮੱਥਾ ਲਾਇਆ ਢਹਿ ਢੇਰੀ ਹੋ ਗਏ ਸਮੇ ਦਾ ਕੋਈ ਵੀ ਰਾਜਾ ਹੋਵੇ ਇੱਕ ਗੱਲ ਭਲੀ ਭਾਂਤ ਸਮਝ ਲਵੇ ਇਹ ਦਾਤਾ ਪੂਰੇ ਸਤਗੁਰੂ ਦੀਆਂ ਬਖਸ਼ੀਆਂ ਹੋਈਆਂ ਨੇ ਕਿਉਂਕਿ ਉਹ ਆਪ ਰਾਜਿਆਂ ਦਾ ਰਾਜਾ ਹੈ ਰਾਜਾਨ ਰਾਜ ਪਾਣਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਉਸ ਦੀ ਉਪਮਾ ਉਸ ਦੀ ਵਡਿਆਈ ਕੌਣ ਕਰ ਸਕਦਾ ਹੈ ਉਹ ਆਪ ਸਿਰ ਸ਼ਾਹਾਂ ਪਾਤਸ਼ਾਹ ਹੋਵੇ ਜਿਸ ਦੇ ਮਰਜ਼ੀ ਸੀਸ ਤੇ ਛਤਰ ਟੁਲਾ ਦੇਵੇ ਕੀੜਾ ਥਾਪ ਦੇਹ ਪਾਤਸ਼ਾਹੀ ਉਹ ਕੀੜਿਆਂ ਨੂੰ ਮਾਣ ਬਖਸ਼ਣ ਵਾਲਾ ਜਿਸ ਮਨੁੱਖ ਨੂੰ ਦੁਨੀਆ ਨੀਚ ਕਰਕੇ ਸਦਦੀ ਏ ਉਸ ਨੂੰ ਵੀ ਗੁਰੂ ਨਾਨਕ ਨੇ ਆਪਣੀ ਗਲਵਕੜੀ ਵਿੱਚ ਲਿਆ ਆਪਣੇ ਦਰਕਾਰ ਵਿੱਚ ਥਾਂ ਬਖਸ਼ੀ ਭਗਤ ਜਨਾਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਰੂਪ ਮਦ ਵਿੱਚ ਖਚਤ ਹੋਏ ਮਾਇਆ ਮਦ ਵਿੱਚ ਡੁੱਬੇ ਹੋਏ ਵਿਦਿਆ ਮਦ ਦੇ ਵਿੱਚ ਲੋਟਪੋਟ ਹੋਏ ਤੇ ਉੱਚੀ ਕੁਲ ਦੇ ਅਪਮਾਨ ਰੂਪੀ ਦਲਦਲ ਦੇ ਵਿੱਚ ਡੁੱਬੇ ਹੋਏ ਜੀਵ ਜਦੋਂ ਪਰਿਪੂਰਣ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਣ ਗੁਰੂ ਪਿਛਲੇ ਔਗਣ ਬਖਸ਼ ਦਿੰਦਾ ਹੈ ਜੇ ਅਪਮਾਨ ਦੇ ਵਿੱਚ ਹੀ ਮਰ ਗਏ ਕੱਖ ਨਹੀਂ ਰਹਿਣਾ ਸੱਚ ਜਾਣਿਓ ਜੇ ਕਿਤੇ ਅੰਦਰ ਦੀ ਅੱਖ ਖੁੱਲ ਜਾਵੇ ਅੰਦਰ ਦਾ ਅਬਮਾਨ ਮੁੱਕ ਜਾਵੇ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ ਜੀ ਪਿਛਲੇ ਔਗੁਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ ਗੁਰਦੇਵ ਬਖਸ਼ਿਸ਼ ਕਰਨ ਸਾਨੂੰ ਆਪਣੇ ਦਰ ਕਰ ਦੀ ਸੁਮਤ ਬਖਸ਼ਣ ਸੋਜੀ ਦੇ ਕੇ ਨਿਹਾਲ ਕਰਨ ਸਾਡੇ ਅੰਦਰ ਦੀ ਹਉਮੈ ਨੂੰ ਕਿਤੇ ਘਾਟਾ ਪੈ ਜਾਵੇ ਸਾਡੇ ਅੰਦਰ ਦੀ ਹਉਮੈ ਦਾ ਕੋਹਲ ਮੁੱਕ ਜਾਵੇ ਸਾਡੇ ਅੰਦਰ ਦਾ ਹੰਕਾਰ ਜੋ ਗੁਰੂ ਘਰ ਦੇ ਪ੍ਰਤੀ ਸ਼ਰਦਾ ਪੈਦਾ ਨਹੀਂ ਹੋਣ ਦਿੰਦਾ ਬਖਸ਼ਿਆ ਹੋਇਆਂ ਦੀ ਸੰਗਤ ਸਦਕਾ ਹਉਮੈ ਦਾ ਬినాਸ਼ ਹੋਵੇ ਸਤ ਗੁਰੂ ਦੀ ਸੋਹਣੀ ਮੱਤ ਦਾ ਪ੍ਰਕਾਸ਼ ਹੋਵੇ ਗੁਰਨਾਨਕ ਦੇ ਬਣ ਜਾਈਏ ਮਾਣ ਨਾਲ ਆਖੀਏ ਏਕ ਪਿਤਾ ਏਕਸ ਕੇ ਹੰਬਾਰਕ ਤੂੰ ਮੇਰਾ ਗੁਰਹਾਈ ਜਿੱਥਾ ਜਾਏ ਬਈਏ ਪਲਾ